ਲਾਪਰਵਾਹੀ ਦੇ ਜਾਤੀ ਬੱਸ ਆ ਰਹੀ ਹੈ, ਬਿਲਕੁਲ ਰਾਤ ਨਹੀਂ ਜ਼ਰੂਰ ਹੈ। ਇੱਕ ਸਵਾਰੀ ਦਾ ਕਹਿਣਾ ਕਿ ਥਾਂ ਆਉਣ ਕਰਕੇ ਉਹ ਤੋਂ ਜਿਹੜੀ ਬੱਸ ਆ ਦੁਕਾਨਾਂ ਦੇ ਵਿੱਚ ਬੈਠ ਗਈ। ਇੱਕ ਦੁਕਾਨਦਾਰ ਜ਼ਖਮੀ ਹੋ ਗਿਆ, ਜਿਹੜੀ ਜਿੰਦਰ ਕੌਰ ਨਾਲ ਡਿਊਟੀ ਸੀ ਉਹ ਮਾਮੂਲੀ ਚਟਾਨਾ ਚੱਕ, ਠੀਕ ਹੈ। ਜਿਹਨਾਂ ਦੇ ਜਾਣੀ ਕਿ ਉਹਨਾਂ ਦੇ ਕਹਿਣ ਮੁਤਾਬਕ ਜਾਣੀ ਕਿ ਥਾਂ ਆਉਣ ਨਾਲ ਹੀ ਇਹ ਬੱਸ ਆ ਸਕਦੀ। ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਕਾਰਵਾਈ, ਅਰੈਸਟ ਕਾਰਵਾਈ ਮੇਰੀ ਪੂਰੀ ਹੋ ਗਈ, ਡਰਾਈਵਰ ਕੰਡਕਟਰ ਨੂੰ ਮੈਂ ਅਰੈਸਟ ਕਰਕੇ ਉੱਥੇ ਬੰਦੀ ਕਾਰਵਾਈ ਨੂੰ ਕਰ। ਮੇਰਾ ਨਾਂ ਹਰਜਿੰਦਰ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ? ਪਿੰਡ ਗਿੱਲਾ ਜੀ ਸਾਡਾ। ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਹੈ? ਅਸੀਂ ਜੀ ਮੋਦਕੀ ਤੋਂ ਆ ਕੇ ਚੜ੍ਹਦੇ ਹਾਂ, ਗਿੱਲ ਪਿੰਡ ਤੋਂ ਆ ਕੇ ਮੋਦਕੀ ਤੋਂ ਆ ਕੇ ਅਸੀਂ ਚੜ੍ਹਦੇ ਹਾਂ ਉੱਥੇ ਜੀ। ਜਦੋਂ ਅਸੀਂ ਮੋਦਕੀ ਅੱਡੇ ਤੋਂ ਬੱਸ ਫੜੀ ਆ ਜੀ, ਉੱਥੋਂ ਹੀ ਜਿਉਂ ਅੱਡੇ 'ਚੋਂ ਅਸੀਂ ਬੈਠੇ ਹਾਂ, ਮੂਹਰਲੀ ਸੀਟ 'ਤੇ ਅਸੀਂ ਬੈਠੇ ਹਾਂ। ਪਹਿਲਾਂ ਵੱਡੇ ਸ਼ੀਸ਼ੇ ਨਾਲ ਬੇਟੀ ਬੈਠੀ ਹੈ, ਇਹਦੇ ਨਾਲ ਮੈਂ ਬੈਠੀ ਹਾਂ। ਉਦੋਂ ਨਾਲ ਸਾਡੇ ਇੱਕ ਗੁੜੀਆ ਹੋਰ ਸੀ ਵਿਚਾਰੀ ਬੈਠੀ ਸੀਗੀ, ਬੈਠੀ ਸੀ ਉੱਥੋਂ ਜੀ। ਨਾਲ ਇੱਕ ਮੁੰਡਾ ਸੀਟ 'ਤੇ ਬੈਠਾ, ਨਾਲ ਕਨੈਕਟਰ ਹੋਇਆ ਜੀ। ਉਹ ਬੱਸ ਦਾ ਕਹਿੰਦੇ ਸੀ ਵੀ ਸਾਡਾ ਟਾਈਮ ਘੱਟ ਆ, ਕਨੈਕਟਰ ਨੂੰ ਕਹੀ ਜਾਂਦੇ ਸੀ ਬੱਸ ਜਿੰਨੀ ਭਜਾਈ ਦੇ ਰਫਤਾਰ ਪੂਰੀ ਲਈ ਚੱਲ, ਪੂਰੀ ਰਫਤਾਰ ਦੀ। ਉਦੋਂ ਉਹਨਾਂ ਨੇ ਡਰਾਈਵਰ ਦਾ ਖੜਾ ਨਹੀਂ ਛੱਡਿਆ। ਜਦ ਅਸੀਂ ਰਟੋਲ ਪਿੰਡ ਪਹੁੰਚੇ ਆ ਉੱਥੇ ਆ ਕੇ ਡਰਾਈਵਰ ਨੇ ਇੰਨਾ ਬਿਆਨ ਦਿੱਤਾ, ਕਹਿੰਦਾ ਯਾਰ ਇਹ ਬੱਸ ਆ, ਭਜਾਈ ਤਾਂ ਹੈ ਨਹੀਂ ਗਾ ਵੀ ਜਿੰਨੀ ਮੇਰਾ ਜੋਗਾ ਮੈਂ ਬੱਸ ਭਜਾਈ ਜਾਂਦਾ, ਤੁਹਾਡੇ ਟਾਈਮ 'ਤੇ ਬੱਸ ਪਹੁੰਚਾ ਦੂੰਗਾ। ਜਦ ਜੀ ਅਸੀਂ ਇੱਥੋਂ ਬਾਈਪਾਸ ਤੋਂ ਨੀਚੇ ਉਤਰੇ ਆ, ਉਤਰੇ ਉਦੋਂ ਵੀ ਬੱਸ ਮੋੜਨ ਲੱਗਿਆ ਡੋਲੀ। ਜਦੋਂ ਅਸੀਂ ਅੱਗੇ ਹੁਣ ਜਿੱਥੇ ਐਕਸੀਡੈਂਟ ਹੋਇਆ, ਇੱਥੇ ਗਾਂ ਖੜੀ ਸੀ ਵਿਚਾਰੇ, ਉਹ ਗਾਂ ਨੂੰ ਹਾਰਨ ਦਿੱਤਾ, ਗਾਂ ਪਾਸ ਨਹੀਂ ਹੋਈ ਅਤੇ ਇਹਨਾਂ ਨੇ ਨਾ ਜਕਦਮ ਗਾਂ ਤੋਂ ਵੱਟੀ ਬੱਸ। ਜਦੋਂ ਗਾਂ ਤੋਂ ਬੱਸ ਜਕ ਤੇਜ਼ ਬੱਸ ਦੀ ਗਾਂ ਤੋਂ ਬੱਸ ਵੱਟੀ, ਡਰਾਈਵਰ ਦੇ ਜੀ ਹੱਥ ਛੁੱਟ ਗਏ ਅਤੇ ਬੱਸ ਹਾਂਜੀ ਡੰਪ ਤੋਂ ਅਤੇ ਬੱਸ ਅਸੀਂ ਜਮਾਂ ਮੂਹਰਲੀ ਸੀਟ 'ਤੇ ਬੈਠੇ ਹਾਂ, ਸ਼ੀਸ਼ੇ ਨਾਲ ਬੇਟੀ ਬੈਠੀ ਹੈ, ਉਦੋਂ ਨਾਲ ਮੈਂ ਬੈਠੀ ਹਾਂ। ਬਸ ਵਾਹਿਗੀ ਸਰ ਅੱਗ ਲੱਗੀ ਸੱਤਾ ਜੀ, ਇੱਕ ਤਾਂ ਵੀ ਇੱਥੇ ਹੈ ਅਤੇ ਇੱਕ ਤੁਹਾਡੇ ਨਾਲ ਹੋਰ ਵੀ ਕਿਸ ਵਾਰੀਆਂ ਲੱਗੀ ਪਤਾ ਨਹੀਂ ਲੱਗਾ ਜੀ। ਜਦੋਂ ਅੱਗ ਲੱਗੀ ਸਾਨੂੰ ਤਾਂ ਪਤਾ ਨਹੀਂ ਕਿਹਨੇ ਖਿੱਚ ਕੇ ਕੱਢਿਆ ਕਿ ਇੱਕ ਨਾ ਬਈ ਦੂਜਾ ਨਾਲ ਚੱਲੀ ਆ ਕਿੱਡੀ ਕਰ ਦੋ ਹਾਂ।